ਜਲਵਾਯੂ ਪਰਵਰਤਨ ਦੇ ਮੁੱਦੇ ਨੂੰ ਗੰਭੀਰ ਦੱਸਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਜੰਗਲਾਂ ਦੀ ਸਾਂਝ ਸੰਭਾਲ ਦੀ ਲੋੜ ਤੇ ਜ਼ੋਰ ਦਿੱਤਾ। ਜੰਗਲਾਤ ਖੋਜ ਸੰਸਥਾਨ ਦੇਰਾਦੂਨ ਵਿਖੇ ਭਾਰਤੀ ਜੰਗਲਾਤ ਸੇਵਾ ਪ੍ਰਵੇਸ਼ਨਰੀ ਅਫਸਰਾਂ ਦੇ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖ ਜਾਤੀ ਜਾਣ ਬੁੱਝ ਕੇ ਜੰਗਲਾਂ ਦੀ ਮਹੱਤਤਾ ਨੂੰ ਭੁੱਲਣ ਦੀ ਗਲਤੀ ਕਰ ਰਹੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖ ਧਰਤੀ ਦੇ ਇਨ੍ਹਾਂ ਅਨਮੋਲ ਸੋਮਿਆਂ ਦਾ ਮਾਲਕ ਨਹੀਂ ਸਗੋਂ ਰਖਵਾ ਲਾਏ। भूलते भुल, जा रहे हैं कि वन हमारे लिए जीवन जीवनदाता है आपके पास जंगलों के संरक्षण संवर्धन एवं पोषण की जिम्मेदारी है मुझे पूर्ण विश्वास है कि आप अपने इस अप्रतिम दायित्व के प्रति सजग और सचेत होंगे एवं पूर्ण निष्ठा से अपने उत्तरदायित्व का निर्वाहन करेंगे ਰਾਸ਼ਟਰਪਤੀ ਨੇ ਪ੍ਰবেশਨ ਅਫਸਰਾਂ ਨੂੰ ਜੰਗਲਾਂ ਦੀ ਸੰਭਾਲ, ਪ੍ਰਸਾਰ ਤੇ ਪੋਸ਼ਣ ਸੰਬੰਧੀ ਅਹਿਮ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਭਰੋਸਾ ਪ੍ਰਗਟਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਡਿਗਰੀ ਵਨ ਸਮਾਗਮ ਦੌਰਾਨ ਇੰਦਰਾ ਗਾਂਧੀ ਕੌਮੀ ਜੰਗਲਾਤ ਅਕੈਡਮੀ ਦੇ ਸੈਸ਼ਨ 22-24 ਦਾ ਕੋਰਸ ਪੂਰਾ ਕਰਨ ਵਾਲੇ ਪ੍ਰবেশਨਰੀ ਅਫਸਰਾਂ ਨੂੰ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਦਿੱਤੀਆਂ ਗਈਆਂ। ਇਹਨਾਂ ਵਿੱਚ ਪੂਟਾਨ ਦੇ 2 ਸਿੱਖਿਆਰਥੀ ਅਫਸਰ ਵੀ ਸ਼ਾਮਲ ਨੇ। ਮੌਜੂਦਾ ਬੈਚ ਵਿੱਚ ਸਭ ਤੋਂ ਵੱਧ 15 ਅਧਿਕਾਰੀ ਮੱਧ ਪ੍ਰਦੇਸ਼ ਦੇ ਨੇ।